ਜਦ ਬਟਵਾਰਾ ਹੋਇਆ ਸੀ ਤਾਂ 2 ਦਿਨ ਤੱਕ ਜਿਹੜਾ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੈ ਉਹ ਪਾਕਿਸਤਾਨ ਦਾ ਗੁਲਾਮ ਰਿਹਾ ਸੀ ਅਤੇ ਜਸਟਿਸ ਮੇਹਰ ਚੰਦ ਵੱਲੋਂ ਜਿਹੜਾ ਐਫਰਟ ਕਰਕੇ ਇਹਨੂੰ ਮੁੜ ਕੇ ਜਿਹੜਾ ਭਾਰਤ ਦਾ ਹਿੱਸਾ ਬਣਾਇਆ ਗਿਆ ਸੀ। ਪੰਦਰਾਂ ਅਗਸਤ 1947 ਇਤਿਹਾਸ ਦਾ ਉਹ ਦਿਨ ਜਿਸ ਦਿਨ ਭਾਰਤ ਦੇਸ਼ ਆਜ਼ਾਦ ਹੋਇਆ ਸੀ। ਪਰ ਜੇਕਰ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੀ ਤਾਂ ਗੁਰਦਾਸਪੁਰ ਦੀ ਤਾਂ 17 ਅਗਸਤ ਨੂੰ ਇਹ ਆਜ਼ਾਦ ਹੋਇਆ ਸੀਗਾ। ਜੇਕਰ ਇੱਥੇ ਜਾਣਕਾਰਾਂ ਦੀ ਮੰਨੀਏ ਤਾਂ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜਦ ਬਟਵਾਰਾ ਹੋਇਆ ਸੀ ਤਾਂ 2 ਦਿਨ ਤੱਕ ਜਿਹੜਾ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਹੈ ਉਹ ਪਾਕਿਸਤਾਨ ਦਾ ਗੁਲਾਮ ਰਿਹਾ ਸੀ ਅਤੇ ਜਸਟਿਸ ਮੇਹਰ ਚੰਦ ਵੱਲੋਂ ਜਿਹੜਾ ਐਫਰਟ ਕਰਕੇ ਇਹਨੂੰ ਮੁੜ ਕੇ ਜਿਹੜਾ ਭਾਰਤ ਦਾ ਹਿੱਸਾ ਬਣਾਇਆ ਗਿਆ ਸੀ। ਸਾਡੇ ਇੱਥੇ ਵਿਦੇਸ਼ ਪੱਤਰਕਾਰ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਇਸ ਇਲਾਕੇ ਦੇ ਉਹ ਰਹਿਣ ਵਾਲੇ ਆ, ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰਕਾਰ ਉਸ ਵੇਲੇ ਅਜਿਹਾ ਹੋਇਆ ਕੀ ਸੀਗਾ ਜੋ ਬਜ਼ੁਰਗ ਕਹਿ ਰਹੇ ਨੇ ਸਹੀ ਆ ਗਲਤ ਆ। ਭਾਜੀ ਸੁਣਨ ਵਿੱਚ ਆ ਰਿਹਾ ਕਿ 2 ਦਿਨ ਬਾਅਦ ਜਿਹੜਾ ਇਹ ਜ਼ਿਲ੍ਹਾ ਆਜ਼ਾਦ ਹੋਇਆ ਸੀ, ਕਿੰਨਾ ਕੁ ਪਤਾ? ਦੇਖੋ ਬੜੇ ਲਗਭਗ 25 ਸਾਲ ਤੋਂ ਮੈਂ ਵਸਨੀਕ ਹਾਂ ਪਮਿਆਲ ਦਾ ਅਤੇ ਬੜੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਨਾਲ ਮੇਰਾ ਅਕਸਰ ਰਾਬਤਾ ਰਹਿੰਦਾ ਔਰ ਅੱਜ ਵੀ ਇਸ ਵਿਸ਼ੇ 'ਤੇ ਬੜੇ ਬਜ਼ੁਰਗਾਂ ਨਾਲ ਗੱਲ ਕੀਤੀ ਗਈ ਹੈ ਕਿਉਂਕਿ 15 ਅਗਸਤ ਜੋ ਹੈ ਬਿਲਕੁਲ ਨੇੜੇ ਆਈ ਹੈ ਔਰ ਹਰ 15 ਅਗਸਤ ਨੂੰ ਇਹਨਾਂ ਚੀਜ਼ਾਂ ਦਾ ਅਕਸਰ ਮਨ 'ਚ ਵਿਚਾਰ ਆਉਂਦਾ, ਲੋਕਾਂ ਦੇ ਧਿਆਨ 'ਚ ਹੁੰਦਾ ਕਿ ਆਖਿਰ ਇਹਨਾਂ ਲੋਕਾਂ ਨੇ ਕੀ ਤਸ਼ੱਦਦ ਉਸ ਸਮੇਂ ਸਹੇ ਜਦੋਂ ਕਿ ਭਾਰਤ ਪਾਕਿਸਤਾਨ ਜਦੋਂ ਵੱਖ ਵੱਖ ਹੋਏ ਅਤੇ ਜਦੋਂ ਭਾਰਤ ਜੋ ਹੈ ਆਜ਼ਾਦ ਹੋਇਆ। ਉਹ ਬਜ਼ੁਰਗਾਂ ਦਾ ਲਗਭਗ ਇਹੀ ਕਹਿਣਾ ਹੈ ਕਿ ਜੋ ਜਦੋਂ ਇਹ ਪਠਾਨਕੋਟ ਦੀ ਗੱਲ ਕੀਤੀ ਜਾਵੇ ਜਾਂ ਪੂਰਾ ਜੋ ਗੁਰਦਾਸਪੁਰ ਡਿਸਟ੍ਰਿਕਟ ਸੀਗਾ, ਕਿਉਂਕਿ ਪਠਾਨਕੋਟ ਡਿਸਟ੍ਰਿਕਟ ਬਾਅਦ 'ਚ ਬਣਿਆ, ਉਹ ਜਦੋਂ ਗੁਰਦਾਸਪੁਰ ਡਿਸਟ੍ਰਿਕਟ ਸੀਗਾ ਇਹ ਲਗਭਗ ਦੱਸਿਆ ਜਾ ਰਿਹਾ ਕਿ 2.5 ਦਿਨ ਤੱਕ ਜੋ ਹੈ ਪਾਕਿਸਤਾਨ ਦੇ ਕਬਜ਼ੇ ਵਿੱਚ ਰਿਹਾ ਸੀ ਅਤੇ ਉਸ ਤੋਂ ਬਾਅਦ 'ਚ ਪਠਾਨਕੋਟ ਦੇ ਇੱਕ ਮੇਅਰ ਸਿੰਘ ਸੀਗੇ ਜੋ ਕਿ ਰਿਟਾਇਰਡ ਜੱਜ ਨੇ ਉਹ ਜੱਜ ਸੀਗੇ, ਉਹਨਾਂ ਦੇ ਵੱਲੋਂ ਇੱਕ ਐਫਰਟ ਕੀਤਾ ਗਿਆ ਸੀ, ਕੋਸ਼ਿਸ਼ ਕੀਤੀ ਗਈ ਸੀ ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਇਹ ਆਜ਼ਾਦੀ ਜੋ ਹੈ ਪੂਰਨ ਰੂਪ ਨਾਲ ਜੋ ਹੈ ਉਹ ਪਠਾਨਕੋਟ ਨੂੰ ਮਿਲੀ ਸੀ ਅਤੇ ਪਠਾਨਕੋਟ ਜੋ ਹੈ ਇਹ ਪੰਜਾਬ ਦੇ ਵਿੱਚ ਸ਼ਾਮਿਲ ਹੋਇਆ ਸੀ। ਮੇਰਾ ਨਾਂ ਰਤਨ ਚੰਦ ਹੈ ਜੀ। ਜਦੋਂ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਅਤੇ ਹਿੰਦੁਸਤਾਨ ਅਤੇ ਪਾਕਿਸਤਾਨ ਬਣ ਗਿਆ ਅਤੇ ਪਾਕਿਸਤਾਨ ਬਣਨ ਨਾਲ ਸਾਡਾ ਏਰੀਆ ਜਿਹੜਾ ਇਹ 2.5 ਦਿਨ ਪਾਕਿਸਤਾਨ ਨਾਲ ਰੇਡੀਓ ਬੋਲਦਾ ਰਿਹਾ ਕਿ ਇਹ ਪਾਕਿਸਤਾਨ ਹੈ। 2.5 ਦਿਨ ਬਾਅਦ ਫਿਰ ਆਜ਼ਾਦ ਹੋਇਆ, ਇੰਡੀਆ ਜਾਇਆ, ਰੇਡੀਓ 'ਤੇ ਅਨਾਊਂਸਮੈਂਟ ਹੋਈ ਸੀ। ਕੋਈ ਪਠਾਨਕੋਟ ਦਾ ਮੇਹਰ ਚੰਦ ਹਾ, ਉਹਨੇ ਸੀ ਦਾ ਪਹੁੰਚ ਚੁੱਕਿਆ ਹਾ ਵੀ ਇਹ ਗੁਰਦਾਸਪੁਰ ਡਿਸਟ੍ਰਿਕਟ ਹੈ ਜਿਹੜਾ ਇਹ ਪਾਕਿਸਤਾਨ 'ਚ ਨਹੀਂ ਜਾਣਾ ਚਾਹੀਦਾ, ਇੰਡੀਆ 'ਚ ਰਹਿਣਾ ਚਾਹੀਦਾ। ਫਿਰ 17 ਅਗਸਤ ਨੂੰ ਵੀ ਇਹ ਏਰੀਆ ਹਿੰਦੁਸਤਾਨ ਦਾ ਹੈ, ਪਠਾਨਕੋਟ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਇਹ ਹਿੰਦੁਸਤਾਨ ਦਾ ਏਰੀਆ। ਫਿਰ 17 ਅਗਸਤ ਨੂੰ ਮੰਨਿਆ ਗਿਆ ਹੈ ਅਤੇ ਇਹ ਤਹਿਸੀਲ ਹੈ ਜਿਹੜੀ ਇਹ ਇੰਡੀਆ ਨਾਲ ਰਹੇਗੀ। ਸਮਾਂ ਹੋਲੇ ਜੀ ਬੜਾ ਖਰਾਬ ਹਾ, ਇੱਕ ਦੂਜੇ ਦੇ ਦੁਸ਼ਮਣ ਬਣੇ ਦੇ ਹਿੰਦੂ ਮੁਸਲਮਾਨ ਸਿੱਖ ਮਾਰ ਦਿੰਦੇ ਹੈ ਹਿੰਦੂ ਮੁਸਲਮਾਨਾਂ ਨੂੰ ਅਤੇ ਮੁਸਲਮਾਨ ਹਿੰਦੂਆਂ ਨੂੰ। ਤੁਸੀਂ ਵੀ ਤਸ਼ੱਦਦ ਦਾ ਸ਼ਿਕਾਰ ਹੋਏ ਸੀ, ਤੁਹਾਡਾ ਪਰਿਵਾਰ ਵੀ ਹੋਇਆ? ਹਾਂ ਹੋਇਆ ਹਾਂ।
ਤਸਾਂ ਚੱਲੀਆਂ ਹੀਆਂ ਉਹ ਲੈ। ਪਰ ਮੈਂ ਉਸ ਛੋਟਾ ਹਾਂ, ਵੱਡਿਆਂ ਨੂੰ ਪਤਾ, ਮੇਰੇ ਮਾਂ ਪਿਓ ਨੂੰ ਪਤਾ। ਹੁਣ ਮਾਂ ਪਿਓ ਤਾਂ ਨਹੀਂ ਹੈ, ਉਹਨਾਂ ਨੇ ਮੁਸੀਬਤਾਂ ਝੱਲੀਆਂ ਹੀਆਂ। ਮੇਰਾ ਨਾਮ ਰਾਜੀਵ ਕ੍ਰਿਸ਼ਨ ਮਹਾਜਨ ਹੈ, ਮੈਂ ਜਸਟਿਸ ਮੇਰਚੰਦ ਮਹਾਜਨ ਕਾ ਗ੍ਰੈਂਡਸਨ ਹੂੰ। ਔਰ ਉਹਨੇ ਬੜਾ ਐਫਰਟ ਕਰਕੇ, ਕਾਫੀ ਜ਼ੋਰ ਲਗਾ ਕੇ ਇਸਕੋ ਗੁਰਦਾਸਪੁਰ ਡਿਸਟ੍ਰਿਕਟ ਔਰ ਪਠਾਨਕੋਟ ਕੋ 2.5 ਦਿਨ ਕੇ ਬਾਅਦ ਉਹਨੇ ਇਸਕੋ ਆਜ਼ਾਦ ਕਰਾਇਆ ਥਾ 1947। ਸਰ ਜਿਹੜੇ ਇਹ ਪਠਾਨਕੋਟ ਗੁਰਦਾਸਪੁਰ ਕੀ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ, ਕੀ ਇਹ ਪਾਕਿਸਤਾਨ ਦਾ ਹਿੱਸਾ ਸੀਗਾ? ਹਾਂਜੀ, ਇਹ ਜੋ ਪਠਾਨਕੋਟ ਡਿਸਟ੍ਰਿਕਟ ਔਰ ਪਠਾਨਕੋਟ ਗੁਰਦਾਸਪੁਰ ਡਿਸਟ੍ਰਿਕਟ ਇਹ ਪਾਕਿਸਤਾਨ ਕਾ ਹਿੱਸਾ ਥਾ। ਕਿੰਨੀ ਦੇਰ ਬਾਅਦ ਆਜ਼ਾਦੀ ਮਿਲੀ? ਇਹ 2.5 ਦਿਨ ਕੇ ਬਾਅਦ ਇਹਨਾਂ ਇਸਕੋ ਇੰਡੀਆ ਮੇ ਲਾਏ ਥੇ। ਸਰ ਕੋਈ ਅਨਾਊਂਸਮੈਂਟ ਵੀ ਉਸ ਸਮੇਂ ਹੋਈ ਸੀਗੀ? ਹਾਂਜੀ, ਅਨਾਊਂਸਮੈਂਟ ਹੋਈ ਥੀ ਤਬ ਉਹਨੇ ਜੋ ਥੇ ਨਹਿਰੂ ਜੀ ਨੇ ਅਨਾਊਂਸਮੈਂਟ ਕੀ ਥੀ ਕਿ ਇਹ 2.5 ਦਿਨ ਕੇ ਬਾਅਦ ਆਇਆ।